ਇਹ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿਛੋਕੜ 'ਚ ਦੱਸਣਾ ਚਾਹੁੰਦਾ। 10/7/24 ਨੂੰ ਅੰਮ੍ਰਿਤਸਰ ਰੋਡ 'ਤੇ ਇੱਕ ਮਾਸਟਰ ਬੁੱਕਸ਼ਾਪ ਆ, ਉਹਦੇ 'ਤੇ ਫਾਇਰਿੰਗ ਹੋਈ ਸੀ। ਫਾਇਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਹਰ ਤੋਂ ਨੰਬਰ 'ਤੇ ਫਿਰੌਤੀ ਮੰਗੀ ਗਈ 1 ਕਰੋੜ ਦੀ। ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਜਿਸ ਦਿਨ ਇਹ ਫਾਇਰਿੰਗ ਹੋਈ ਆ, ਇੱਕ ਪਰਚਾ ਰਜਿਸਟਰਡ ਕਰਤਾ ਸੀ ਥਾਣੇ ਮਹਿਤੇ ਦੇ ਵਿੱਚ। ਉਸ ਤੋਂ ਬਾਅਦ ਫਿਰ ਸਾਡੀ ਟੀਮ ਨੇ SHO ਸਾਹਿਬ ਅਤੇ ਇਹਨਾਂ ASI ਬਲਕਾਰ ਸਿੰਘ, ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਅਤੇ ਇਹਦੇ ਵਿੱਚ ਆਪਣਾ ਇਹਦੀ ਤਫਤੀਸ਼ ਕੀਤੀ। ਅਤੇ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕਰੇਟ ਇਨਫੋਰਮੇਸ਼ਨ ਮਿਲੀ ਆਪਣੇ ਉਹਦੇ ਪਨਾਹ ਦੇ ਉੱਤੇ। ਇਹਨਾਂ ਨੇ ਚੇਲਿਆਂ ਨੇ ਗੁਰਦੁਆਰੇ ਲਾਗੇ ਇੱਕ ਗੱਡੀ ਮਹਿੰਦਰਾ ਜੀਪ ਸੀਗੀ ਕਾਲੇ ਰੰਗ ਦੀ, ਉਹ ਘੇਰੀ। ਉਹਦੇ ਵਿੱਚੋਂ 3 ਮੁੰਡੇ ਮਿਲੇ, 3ਾਂ ਦੇ ਕੋਲੋਂ ਇਹਨਾਂ ਨੇ ਸਰਚ ਕੀਤੀ। ਉਹਨਾਂ ਤੋਂ ਸਾਨੂੰ 2 ਪਿਸਟਲ ਅਤੇ 1 ਰਿਵੋਲਵਰ 32 ਬੋਰ ਦਾ ਅਤੇ ਨਾਲ 6 ਰੌਂਦ ਮਿਲੇ। ਉਹਦੇ ਅਰੈਸਟ ਪਾ ਲਈ, ਅਰੈਸਟ ਪਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਸੀ, ਰਿਮਾਂਡ ਲਿਆ, ਫਿਰ ਦੁਬਾਰਾ ਉਹਨਾਂ ਦਾ ਹੁਣ 23 ਤੱਕ ਰਿਮਾਂਡ 'ਤੇ ਸੀਗੇ। ਅਤੇ ਅੱਜ ਇਹ ਉਹਦੇ ਵਿੱਚ ਪੁੱਛਗਿੱਛ ਦੇ ਵਿੱਚ ਫਿਰ ਦੁਬਾਰਾ 1 ਪਿਸਟਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲ ਕੀ ਹੈ। ਉਹਨੇ ਫਿਰ ਆਪਣੀ ਪੁੱਛਗਿੱਛ ਮੰਨਿਆ ਵੀ ਹਾਂ, ਮੈਂ ਉਸ ਉਦੋਂ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ। ਇਹ ਪੁਲਿਸ ਪਾਰਟੀ ਸਾਡੀ ASI ਬਲਕਾਰ ਸਿੰਘ ਤਾਂ ਇਹਦੀ ਟੀਮ ਗਈ ਉੱਥੇ ਲੈ ਕੇ, ਉਹ ਰਿਕਵਰੀ ਪਿਸਟਲ ਦੀ ਹੋ ਗਈ। ਰੌਣ ਤਾਂ ਕੋਈ ਨਹੀਂ ਮਿਲਿਆ ਉੱਥੇ, ਇਕੱਲਾ ਪਿਸਟਲ ਮਿਲਿਆ। ਪਿਸਟਲ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਅਤੇ ਉਹਨੇ ਹੱਥ ਘੜੀ ਲੱਗੀ ਸੀ ਤਾਂ ਇੱਕ ਸਾਡੇ ਕਾਂਸਟੇਬਲ ਨੂੰ ਗੁਰਸਾਹਿਬ ਸਿੰਘ ਨੂੰ ਧੱਕਾ ਮਾਰ ਕੇ ਅਤੇ ਉੱਥੋਂ ਭੱਜ ਗਿਆ। ਇਹ ਵੀ SHO ਸਾਹਿਬ ਉੱਧਰ ਅਰਜਨ ਮੰਗੇ ਸਾਈਡ ਦੇ ਉੱਤੇ ਸੀ, ਤੱਤੀ ਆਪਣੇ ਗਸ਼ਤ ਦੇ ਉੱਤੇ, ਇਹ ਨਹੀਂ ਫੋਨ ਕੀਤਾ। ਫਿਰ 2 ਕਿਲੋਮੀਟਰ ਇਹ ਭੱਜਿਆ ਬੰਦਾ, ਉੱਥੇ ਜਾ ਕੇ ਅੱਗਿਓਂ ਫਿਰ ਇਹਨਾਂ ਨੇ ਘੇਰਾ ਪਾ ਲਿਆ, ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ। ਜਦੋਂ ਇਹਨਾਂ ਨੇ ਪਟੜੀ ਪਟੜੀ ਜਾ ਰਿਹਾ ਸੀ ਸੂਏ ਦੇ, ਉੱਥੇ ਇਹਨਾਂ ਨੇ SHO 'ਤੇ ਵਾਰ ਕੀਤਾ, ਰੋੜਾ ਚੱਕ ਕੇ ਤਾਂ ਇਹਨਾਂ ਦੇ ਮਾਰਿਆ। ਚਲੋ ਇਹਨੇ ਪਹਿਲਾਂ ਬਚਾਅ ਕੀਤਾ, ਫਿਰ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ। ਫਿਰ ਉਹਨਾਂ ਨੇ ਹਵਾਈ ਫਾਇਰ ਕੀਤਾ SHO ਸਾਹਿਬ ਨੇ, ਲੇਕਿਨ ਉਹ ਫਿਰ ਵੀ ਨਹੀਂ ਰੁਕਿਆ। ਉਹਨੇ ਫਿਰ ਇੱਕ ਬੱਟਾ ਚੱਕ ਕੇ ਇਹਨਾਂ ਦੇ ਸਿਰ 'ਤੇ ਮਾਰਿਆ, ਪਰ ਇਹ ਫਿਰ ਬਚਾਅ ਇਹਨਾਂ ਨੇ ਕਰ ਲਿਆ। ਉਹ ਆਪਣੇ ਬਚਾਅ ਲਈ ਫਿਰ ਇਹਨਾਂ ਨੇ ਥੱਲੇ ਨੂੰ ਇੱਕ ਫਾਇਰ ਕੀਤਾ, ਜਿਹੜਾ ਫਿਰ ਉਹਦੀ ਲੱਤ 'ਤੇ ਸੱਜੀ 'ਤੇ ਲੱਗ ਗਿਆ। ਅਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨ ਘਨਸ਼ਾਮਪੁਰ ਹੈ, ਗੋਪੀ ਘਨਸ਼ਾਮਪੁਰੀ ਆ ਗੈਂਗਸਟਰ ਦਾ, ਉਹਦਾ ਭਰਾ ਆ ਛੋਟਾ, ਅਤੇ ਇੱਕ ਡੋਣੀ ਹੈ ਇੱਥੋਂ ਸਠਿਆਲੇ ਦਾ। ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾਲ ਆ, ਉੱਥੋਂ ਇਹ ਆਪਣਾ ਨੈੱਟਵਰਕ ਚਲਾਉਂਦੇ ਆ। ਇਹਨਾਂ ਲੋਕਾਂ ਨੂੰ ਥੋੜ੍ਹੇ ਬਹੁਤੇ ਪੈਸੇ ਦੇ ਕੇ ਅਤੇ ਇਹ ਆਪਣੀਆਂ ਫਰੌਤੀਆਂ ਦਾ ਧੰਦਾ ਕਰ ਰਹੇ ਆ। ਅਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਕਿ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ। ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੇ ਫਰੌਤੀਆਂ ਦੇ ਵਿੱਚ ਇਨਵੋਲਵ ਆ, ਅਤੇ ਉਹ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਊਗਾ। ਉਹਦਾ ਬਿੱਲਾ ਜੀ, ਗੁਰਪ੍ਰੀਤ ਸਿੰਘ ਬਿੱਲਾ, ਸਾਨੂੰ ਕੁਲਦੀਪ ਸਿੰਘ ਮਹਿਸਮਪੁਰ ਖੁਰਦ ਦਾ, ਇਹ ਫਰਾਰ ਹੋਏ ਨੇ, ਫੜ ਲਿਆ। ਇਹ 2 ਭਰਾ ਆ, ਇੱਕ ਇਹ ਹੈਗਾ, ਇੱਕ ਇਹਦਾ ਹੈਗਾ ਗਗਨਦੀਪ ਸਿੰਘ, ਅਤੇ ਇੱਕ ਇਹਨਾਂ ਨਾਲ ਹੈਗਾ ਨਵਰਾਜ ਸਿੰਘ। ਇਹ 3 ਬੰਦੇ ਸਾਡੀ ਅਰੈਸਟ ਕੀਤੇ ਹੋਏ ਸੀ, ਫਿਰ ਰਿਮਾਂਡ 'ਤੇ। ਉਹਦਾ ਮਨਪ੍ਰੀਤ ਮਨ, ਉਹ ਜੋ ਪਤਾ ਲੱਗਿਆ ਪੁਰਤਗਾਲ ਦੇ ਵਿੱਚ ਹੈ, ਇਹ ਦੋਨੇ, ਇਹ ਡੋਣੀ ਵੀ ਅਤੇ ਇਹ ਦੋਨੇ ਹੀ ਹੈ, ਅਤੇ ਉੱਥੋਂ ਆਪਣਾ ਨੈਟਵਰਕ ਚਲਾ ਰਹੇ। ਹਾਂ ਇੱਕੋ ਹੀ ਸੀ, ਦੂਜਿਆਂ ਨੇ ਹਾਂ ਉਹ ਫੜ ਲਿਆ ਜੀ, ਹੁਣ ਐਡਮਿਟ ਕਰਾਇਆ ਹੋਸਪਿਟਲ। ਹਾਂ ਬਰਾਮਦਗੀ ਪਿਸਟਲ ਦੀ ਹੋ ਗਈ ਜੀ, 32 ਬੋਰ ਜੀ ਜੀ। 2 ਫਾਇਰ, ਇੱਕ ਤਾਂ ਹਵਾਈ ਫਾਇਰ ਕੀਤਾ ਸੀ ਜਦੋਂ ਇਹਨੇ ਫਿਰ ਮਾਰ ਦੇਣ ਦੀ ਨੀਅਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਸਿਰ 'ਤੇ। ਚਲੋ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ, ਅਤੇ ਉਹ ਫਿਰ ਥੱਲੇ ਨੂੰ ਫਾਇਰ ਕੀਤਾ, ਲੇਕਿਨ ਉਹ ਇਹਦੀ ਲੱਤ 'ਤੇ ਲੱਗ ਗਿਆ। ਹਾਂਜੀ ਹਾਂਜੀ ਬਿਲਕੁਲ, ਵਾਧਾ ਕਰਾਂਗੇ ਉਹਦੇ ਵਿੱਚ ਜੀ। ਪਹਿਲਾਂ ਅਸੀਂ ਉਹ ਕਰ ਰਹੇ ਹਾਂ, ਤਫਤੀਸ਼ ਦੇ ਵਿੱਚ ਚੈੱਕ ਕਰਦੇ ਹਾਂ, ਬਾਕੀ ਉਹ ਤੁਹਾਨੂੰ ਫਿਰ ਲੇਟਰ ਔਨ ਸਾਰਾ ਕੁਛ ਦੱਸਾਂਗੇ ਇਹਨਾਂ ਦਾ ਹੋਰ।